ਇੱਕ ਵਾਰ ਫਿਰ ਤੈ ਦਿਲੋਂ ਧੰਨਵਾਦ ਅੱਜ ਦੇ ਇਸ ਵੀਡੀਓ ਦਾ ਮਕਸਦ ਝੋਨੇ ਦੀ ਲਵਾਈ ਝੋਨੇ ਦਾ ਸੀਜ਼ਨ ਜੋ ਬਾਰਡਰ ਦੇ ਨਾਲ ਤਾਰ ਹੈ ਤਾਰ ਦੇ ਪਰਲੇ ਪਾਸੇ ਜੋ ਤਾਰ ਦੇ ਪਰਲੇ ਪਾਸੇ ਤਾਰ ਦੇ ਪਾਰ ਜਿਹੜੇ ਖੇਤ ਨੇ ਉਹ 10 ਜੂਨ ਤੋਂ ਝੋਨੇ ਦੀ ਬਿਜਾਈ ਕਰ ਸਕਦੇ ਨੇ ਜਿੰਨੇ ਵੀ ਤਾਰ ਤੋਂ ਪਾਰ ਦੇ ਖੇਤ ਨੇ ਤੇ ਉਹਨਾਂ ਨੂੰ ਜਿਹੜੀ ਬਿਜਲੀ ਹੈ ਉਹ ਵੀ ਦਿਨੇ ਦਿੱਤੀ ਜਾਊਗੀ ਫਿਰ ਹੈਗਾ ਜੀ 16 ਜੂਨ ਨੂੰ 16 ਜੂਨ ਨੂੰ ਜਿਹੜੇ 7 ਜ਼ਿਲ੍ਹੇ ਅਸੀਂ ਚੁਣੇ ਨੇ 16 ਜੂਨ ਤੋਂ ਲੈ ਕੇ 16 17 18 ਮਤਲਬ ਉਹ ਝੋਨਾ ਲਾਉਣਗੇ ਉਹ ਜ਼ਿਲ੍ਹੇ ਨੇ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਸ਼੍ਰੀ ਫਤਿਹਗੜ ਸਾਹਿਬ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰ ਇਹ 7 ਜ਼ਿਲ੍ਹੇ 16 ਜੂਨ ਤੋਂ ਚੋਨੇ ਦੀ ਜਿਹੜੀ ਬਜਾਈ ਕਰਨਗੇ ਇਹਨਾਂ ਨੂੰ 16 ਜੂਨ ਤੋਂ ਜਿਹੜੀ ਹੈ ਬਿਜਲੀ ਜਿਹੜੀ ਹੈ ਉਸੇ ਸਾਥ ਨਾਲ 8 ਘੰਟੇ ਤੇ 8 ਘੰਟੇ ਤੋਂ ਉੱਪਰ ਵੀ ਮਿਲੋਗੇ ਨਾਲ ਨਹਿਰੀ ਪਾਣੀ ਵੀ ਨਾਲ-ਨਾਲ ਹੋਊਗਾ ਜਿੱਥੇ-ਜਿੱਥੇ ਵੀ ਨਹਿਰੀ ਪਾਣੀ ਦੀ ਸੁਵਿਧਾ ਹੈਗੀ 19 ਜੂਨ ਨੂੰ ਤੀਜਾ ਭਾਗ ਹੈ ਜਿਹਦੇ ਵਿੱਚ ਰੂਪਨਗਰ ਰੋਪੜ ਸਹਿਜਾਦਾਜੀਤ ਸਿੰਘ ਨਗਰ ਮੁਹਾਲੀ ਕਪੂਰਥਲਾ ਲੁਧਿਆਣਾ ਫਾਜ਼ਿਲਕਾ ਬਠਿੰਡਾ ਤੇ ਅਮਰਸਰ ਇਹ ਸੱਤ ਜ਼ਿਲ੍ਹੇ ਜਿਹੜੇ ਨੇ ਉਹ 19 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਤੇ 21 ਜੂਨ ਤੋਂ ਜਿਹੜੇ ਨੌਂ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਟਿਆਲਾ ਜਲੰਧਰ ਸ੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਸੰਗਰੂਰ ਮਲੇਰਕੋਲਾ ਬਰਨਾਲਾ ਮਾਨਸਾ ਇਹ ਨੌਂ ਜ਼ਿਲ੍ਹੇ ਜਿਹੜੇ ਨੇ ਉਹ 21 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਉਸ ਹਿਸਾਬ ਨਾਲ ਇਹਨਾਂ ਨੂੰ ਬਿਜਲੀ ਜਿਹੜੀ ਹੈ ਉਹ ਲਗਾਤਾਰ ਮਿਲੂਗੀ